ਨਵਾਂ ਗਾਣਾ ਆ ਗਿਆ ਅੜਿੱਕੇ ਜੀ, ਸਾਂਝ ਦਾ, ਅਤੇ ਗਾਣੇ ਦਾ ਨਾਮ ਹੈ ਘਰ ਦੀ ਕੱਢੀ। ਅਤੇ ਸਭ ਤੋਂ ਸਟਾਰਟਿੰਗ ਜਦੋਂ ਗਾਣੇ ਦੀ ਹੁੰਦੀ ਹੈ ਜੀ, ਇੱਕ ਅਮਲੀ ਰਿਹਾ ਜਰਦਾ ਮਲਦਾ ਹੋਇਆ ਇੱਕ ਟੇਪ ਰਿਕਾਰਡਰ ਦੇ ਵਿੱਚ, ਕੈਸੇਟ ਪਲੇਅਰ ਦੇ ਵਿੱਚ ਆਪਦੀ ਕੈਸੇਟ ਪਾਉਂਦਾ ਹੁੰਦਾ, ਠਾ ਠਾ ਕਰਕੇ, ਠਾ ਠਾ ਕਰਕੇ, ਵੀ ਪੁਰਾਣਾ ਟੇਪ ਰਿਕਾਰਡਰ ਚੱਲਦਾ ਨਹੀਂ ਹੁੰਦਾ। ਮੈਂ ਚੱਲ ਕੋਈ ਗੱਲ ਨਹੀਂ, ਪਿੰਡ ਪੇਂਡੂ ਟਾਈਮ ਵਿਖਾਇਆ ਇਹਨਾਂ ਨੇ, ਅਤੇ ਕੋਈ ਗੱਲ ਨਹੀਂ, ਚਲਾ ਲੈਣ ਦਿਓ। ਅਤੇ ਆਉਣ ਦੇ ਟਾਈਮ 'ਚ ਆਪਾਂ ਦੇਖਦੇ ਹਾਂ ਵੀ ਪੀਂਦੇ ਪਏ ਨੇ ਦਾਰੂ ਘਰ ਦੀ ਕੱਢ ਕੇ, ਅਤੇ ਆਹ ਭਰਾ ਨੇ ਸ਼ਕਲ ਕਿਹੋ ਜਿਹੀ ਬਣਾਤੀ, ਦਾਰੂ ਪੀਂਦੇ ਦੀ ਸ਼ਕਲ ਹੈ, ਪਤਾ ਨਹੀਂ ਕੀ ਕਰਦਾ ਪਿਆ ਇਹ, ਆਹ ਕਿਹੋ ਜਿਹੀ ਸ਼ਕਲ ਹੈ, ਉਹ ਤਾਂ ਉਦੋਂ ਵੀ ਭੈੜੀ ਆ, ਰਹਿਣ ਦਿਓ, ਕੱਢ ਲਓ, ਛੱਡੋ ਇਹਨੂੰ। ਅਤੇ ਆਹ ਦੇਖ ਸਕਦੇ ਆਪਾਂ, ਇੱਧਰ ਕੱਢਦੇ ਪਏ ਨੇ ਦਾਰੂ, ਅਤੇ ਇੱਧਰ ਚੱਲਦਾ ਪਿਆ ਟੇਪ ਰਿਕਾਰਡਰ। ਅਤੇ ਥੋੜ੍ਹਾ ਜਿਹਾ ਆਪਾਂ ਹੋਰ ਅੱਗੇ ਚੱਲਾਂਗੇ ਤਾਂ ਤੁਸੀਂ ਪਿੱਛੇ ਵੇਖੋ ਵੀ ਵੱਡੀਆਂ ਗੱਡੀਆਂ ਰੱਖੀਆਂ ਨੇ, ਵੱਡੀ ਕੋਠੀ ਆ, ਐਂ ਵਧੀਆ ਘਰ ਆ, ਅਤੇ ਗਾਣੇ ਇਹ 'ਚ ਸੁਣਦੇ ਪਏ ਨੇ, ਇਹ ਕੋਈ ਗੱਲ ਹਜ਼ਮ ਨਹੀਂ ਹੁੰਦੀ ਆਪਾਂ ਨੂੰ। ਅਤੇ ਅੱਗੇ ਚੱਲਦੇ ਹਾਂ, ਹੋਰ ਬਹੁਤ ਕੁਛ ਇਹਦੇ ਵਿੱਚ, ਇਹ ਸਾਰੇ ਗਾਣੇ 'ਚ ਕਹਿੰਦੇ ਰਹੇ ਪੀਣੀ ਘਰ ਦੀ ਗੱਡੀ, ਘਰ ਦੀ ਗੱਡੀ, ਘਰ ਦੀ ਗੱਡੀ, ਉੱਤੇ ਵੀ ਫਿਲਟਰ ਲਾ ਕੇ ਪੀਂਦੇ ਹੋ ਤੁਸੀਂ, ਆਹ ਕੀ ਗੱਲ ਆ, ਘਰ ਦੀ ਗੱਡੀ ਬਾਹਰੋਂ ਤਾਂ ਨਹੀਂ ਲੈ ਕੇ ਆਉਂਦੇ ਕਿਤੇ। ਉਦੋਂ ਬਾਅਦ ਆਹ ਦੇਖ ਲਓ, ਮੋਬਾਈਲ ਰੱਖੇ ਆਈਫੋਨ, ਕਿਹੜਾ 6 ਆ ਜਾਂ 7 ਆ ਖਣੀ, ਮੈਨੂੰ ਤਾਂ ਪਤਾ ਵੀ ਨਹੀਂ ਲੱਗਦਾ ਇਹਨਾਂ ਆਈਫੋਨਾਂ ਦਾ, ਮੈਨੂੰ ਤਾਂ ਫਾਈਵ ਦਾ ਪਤਾ ਲੱਗਦਾ ਹੁੰਦਾ ਸੀ ਵੀ ਹਾਂ ਉਹ ਤਿੱਖਾ ਜਿਹਾ, ਜਿਹੜਾ 6 7 8 9 ਆਈ ਜਾਂਦੇ ਅੱਗੇ, ਉਹ ਤਾਂ ਸਾਰੇ ਇੱਕੋ ਜਿਹੇ ਲੱਗਦੇ ਆ, ਇਹਨਾਂ ਨੇ ਪਤਾ ਨਹੀਂ ਵਧੀਆ ਰੱਖਿਆ ਜਿਹੜਾ ਵੀ ਰੱਖਿਆ। ਅਤੇ ਅੱਗੇ ਚੱਲਦੇ ਥੋੜ੍ਹਾ ਜਿਹਾ, ਆਹ ਵੇਖ ਲਓ, ਆਈਫੋਨ ਰੱਖਿਆ, ਵਧੀਆ ਕੋਠੀ ਆ, ਐਂ ਕੱਪੜੇ ਕੁਪੜੇ ਪਾ ਕੇ, ਦੋ ਗੱਡੀਆਂ ਰੱਖੀਆਂ ਨੇ, ਇੱਕ ਆਹ ਗੱਡੀ ਹੈ, ਇੱਕ ਜਿਹੜੀ ਜੀਪ ਤੁਹਾਨੂੰ ਪਹਿਲਾਂ ਵਿਖਾਈ ਸੀ, ਦੁਬਾਰਾ ਵਿਖਾ ਦਿੰਦਾ ਮੈਂ, ਆਹ ਵੇਖੋ, ਦੋ ਗੱਡੀਆਂ ਰੱਖੀਆਂ ਨੇ, ਪਰ ਦਾਰੂ ਘੱਟ ਪੀ ਨਹੀਂ ਦੇਸੀ, ਮੰਨ ਲਿਆ, ਗਾਣੇ ਵੀ ਇਹ 'ਚ ਵਜਾਉਣੇ ਆ, ਇਹ ਕੀ ਗੱਲ ਆ ਯਾਰ, ਪੂਰਾ ਪੈਸੇ ਖਰਚ ਕੇ ਬਲੂਟੁੱਥ ਲੈ ਲੈਂਦੇ ਤੁਸੀਂ, ਗਾਣੇ ਚਲਾਈ ਜਾਓ। ਅਤੇ ਇੱਕ ਆਹ ਦੇਖੋ, ਸਾਰੇ ਗਾਣੇ ਕਹੀ ਗਏ ਵੀ ਪੀਣੀ ਆ ਦੇਸੀ, ਪੀਣੀ ਆ ਦੇਸੀ, ਪੀਣੀ ਆ ਦੇਸੀ, ਪੀ ਜਾਂਦੇ ਆ ਵੋਡਕਾ, ਮੀਨਿੰਗ ਤਾਂ ਸਮਝ ਆਏਗੀ ਆਪਾਂ ਨੂੰ ਵੀ। ਅਤੇ ਅੱਗੇ ਤੁਹਾਨੂੰ ਇੱਕ ਹੋਰ ਚੀਜ਼ ਵਿਖਾਉਂਦਾ ਮੈਂ, ਬੜੀ ਕੰਮ ਦੀ, ਆਹ ਤੁੰਬੀ ਨੂੰ ਪਤਾ ਨਹੀਂ ਇਹਨਾਂ ਨੇ ਕਿਉਂ ਸੈਂਸਰ ਕੀਤਾ ਹੋਇਆ, ਉਹ ਦਾਣੇਦਾਰ ਕਿਉਂ ਕਰਤਾ ਇਹਨਾਂ ਨੇ, ਵੀ ਆਹ ਵਿਖਾਉਣ ਵਾਲੀ ਚੀਜ਼ ਨਹੀਂ ਤੁੰਬੀ, ਅਤੇ ਜਿਹੜੀਆਂ ਦਾਰੂਆਂ ਚੱਲਦੀਆਂ ਨੇ ਇਹ ਉੱਪਰ ਹੀ ਚੱਲਦੀਆਂ ਨੇ, ਇਹਨਾਂ ਨੂੰ ਕਿਸੇ ਸੈਂਸਰ ਨਹੀਂ ਲਾਇਆ, ਦੇਖ ਲਓ ਇਹ ਤਾਂ ਕਰਦੇ ਪਏ ਨੇ ਅੱਜ ਕੱਲ੍ਹ ਦੇ, ਯਾਰ ਮੈਨੂੰ ਸਮਝ ਨਹੀਂ ਲੱਗਦੀ ਇਹਨਾਂ ਦੀ, ਦਾਰੂ ਓਪਨ ਆ, ਕੋਈ ਸੈਂਸਰ ਨਹੀਂ, ਜਿਹੜੀ ਤੁੰਬੀ ਆ, ਜਿਹੜੀ ਚੰਗੀ ਚੀਜ਼ ਆ, ਪੰਜਾਬ ਦਾ ਸੱਭਿਆਚਾਰ ਆ ਮਾੜਾ ਮੋਟਾ, ਉਹ ਤਾਂ ਲਾਤਾ ਸੈਂਸਰ ਇਹਨਾਂ ਨੇ। ਅਤੇ ਵੀਰੇ ਅੱਜ ਦੀ ਤਾਂ ਇਹੀ ਸੀ ਨਿੱਕੀ ਜਿਹੀ ਵੀਡੀਓ, ਅਤੇ ਤੁਸੀਂ ਹੋਰ ਕਿਸੇ ਗਾਣੇ ਦੀ ਵੀ ਕਰਵਾਉਣੀ ਚਾਹੁੰਦੇ ਹੋ ਤਸੱਲੀ, ਤਾਂ ਮੈਨੂੰ ਭੇਜੋ ਉਹਦਾ ਲਿੰਕ, ਜਾਂ ਫਿਰ ਉਹਦਾ ਨਾਮ ਦੱਸੋ ਮੈਨੂੰ ਕਮੈਂਟ ਕਰਕੇ, ਅਤੇ ਮੇਰੀ ਇਹ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਹੈ ਇਹਦੇ ਬਾਰੇ ਵੀ ਦੱਸਣਾ ਲਾਜ਼ਮੀ ਹੈ ਦੋਸਤੋ। ਅਤੇ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ, ਉਨੀ ਦੇਰ ਲਈ ਧੰਨਵਾਦ।